यार पूछियो भाई का नाम भी संपर्क बना ले साडे नाल उस्ताद जी आ जाओ जल्दी दे नाल मेरी बेनती है शैली भाई जल्दी नाल भाई मेरी बेनती है फिलिंग सेट कर ली अपा लो खड़ियाना ने कहते कमामा वाला हंटर सद्या हो कहते सुखी आया हो कमामा वाला मेरे मेरे ते नाल उस्ताद ने आना गोविंदगढ़ वाले जौंटी ने आना ते गल्ला टिकाने लगनगियां हेली हेली मेरी बेनती है जी जल्दी दे नाल हेली जी सेट कर ली अज सुख नहीं गी अज ग्लव्स नहीं है किवें हो जी हाँ वधिया जी वधिया ਸੰਭੂ ਦੂਜਾ ਪਲੇਅਰ ਕੌਣ ਆ ਬਾਰੋ ਬਾਈ ਲਵਲੀ ਨਹੀਂ ਜੀਵਾ ਰੱਖਣਾ ਹੈ ਜੀਵਾ ਰੱਖਣਾ ਲਓ ਜੀਵਾ ਰਖੜੇ ਦੀ ਧਰਤੀ ਦਾ ਮੇਰੇ ਵੀਰੋ ਲਓ ਇੱਕ ਵੱਡੇ ਮੈਚ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਮੇਰੇ ਵੀਰੋ ਇੱਕ ਤਕੜੇ ਮੈਚ ਦੀ ਸ਼ੁਰੂਆਤ ਆ ਦੇਣ ਗੱਲਾਂ ਟਿਕਾਣੇ ਲੱਗਣੀ ਉਸ ਦਾਦਾ ਇੱਕ ਪਾਸੇ ਮੈਨੇਜਮੈਂਟ ਦੀ ਟੀਮ ਖੇਡਦੀ ਨਜ਼ਰ ਆਉਣੀ ਹੈ ਖਣਿਆਣ ਵਾਲੇ ਮੁੰਡੇ ਆ ਤੇ ਦੂਜੇ ਪਾਸੇ ਮਾਜਰੀ ਦੇ ਨਾਲ ਡਾਂ ਖੜਕਣੀ ਹੈ ਹਲੇ ਚੈੱਕ ਕਲੇ ਲਓ ਕਹਿੰਦੇ ਪੱਟੇ ਮੈਚ ਦੀ ਜਿਹੜੀ ਸ਼ੁਰੂਆਤ ਹੋਣ ਜਾ ਰਹੀ ਹੈ ਖੇਡ ਦੇ ਮੈਦਾਨ ਅੰਦਰ ਸਟ੍ਰਾਈਕ ਦੇ ਉੱਤੇ ਗਵਿੰਦਗੜ ਮੰਡੀ ਦੀ ਧਰਤੀ ਦਾ ਕਹਿੰਦੇ ਸ਼ੰਭੂ ਹੈ ਮੇਰੇ ਵੀਰੇ ਮਾਜਰੀ ਦੀ ਟੀਮ ਲਈ ਕਹਿੰਦੇ ਬੈਟਿੰਗ ਕਰਨ ਨਜ਼ਰ ਆ ਰਿਹਾ ਹੈ ਤੇ ਪਹਿਲਾ ਓਵਰ ਇੱਧਰ ਕਹਿੰਦੀ ਵੀ ਪ੍ਰਬੰਧਕਾਂ ਦੀ ਟੀਮ ਵੱਲੋਂ ਗਵਿੰਦਗੜ ਮੰਡੀ ਵਾਲਾ ਕਹਿੰਦੇ ਜੌਂਟੀ ਮੇਰੇ ਵੀਰੇ ਆ ਮੁੰਡਾ ਕਹਿੰਦੇ ਪਾਲ ਪਾਉਣ ਲਈ ਤਿਆਰ ਹੈ ਖੇਡਦੇ ਮੈਦਾਨ ਅੰਦਰ ਵੱਡਾ ਮੈਚ ਹੈ ਤੇ ਵੱਡੇ ਖਿਡਾਰੀਆਂ ਦੀ ਟੱਕਰ ਹੈ ਵੀ ਟੱਕਰ ਹੋ ਗਈ ਸ਼ੇਰਾਂ ਦੀ ਖੜ ਕੇ ਦੇਖੂ ਕੁੱਲ ਜਮਾਨਾ ਉਹ ਕੱਪ ਤੇ ਹੋਈ ਉਹ ਚੱਟਣਗੇ ਇਹਨਾਂ ਦੇ ਟੌਲਿਆਂ ਪੱਟਾ ਗੁੱਟਾਂ ਚ ਜਾਨਾ ਐਡ ਚਰਚੇ ਚਰਚੇ ਕਹਿੰਦੇ ਹੋਣੇ ਆ ਗੋਬਿੰਦਗੜ ਮੰਡੀ ਕਹਿੰਦੇ ਲੋਹੇ ਦੀ ਮੰਡੀ ਹੈ ਮੇਰੇ ਵੀਰਿਓ ਪਰ ਉੱਥੋਂ ਦੇ ਪਲੇਅਰਾਂ ਨੇ ਕਹਿੰਦੇ ਕ੍ਰਿਕਟ ਦੀ ਦੁਨੀਆ ਚ ਲੋਹਾ ਬਣਵਾਇਆ ਹੈ ਆਹ ਦੋ ਕਹਿੰਦੇ ਗੋਬਿੰਦਗੜੀਆਂ ਦੀ ਟੱਕਰ ਹੈ ਲਓ ਪੈਂਦੀ ਬਾਲ ਦੇ ਉੱਤੇ ਆਓ ਸਾਹਮਣੇ ਸ਼ੰਭੂ ਹੈ ਵੀ ਪਾਰੀ ਵਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਫੀਤਾ ਸ਼ੰਭੂ ਸਾਡਾ ਨਿੱਕਾ ਜਿਹਾ ਖਿੱਚ ਖਿੱਚ ਕੇ ਬਰਾਬਰ ਕੀਤਾ ਆ ਕਹਿੰਦੇ ਜਿੰਨਾ ਛੋਟਾ ਉਨਾ ਹੀ ਤੇਖਾ ਦੇ ਗੱਲਾਂ ਕਹਿੰਦੇ ਟਿਕਾਣੇ ਲਾਉਂਦਾ ਮੇਰੇ ਵੀਰੇ ਪਹਿਲੀ ਤੇ ਖੜਕਾ ਦੜਕਾ ਕਰਾਤਾ ਹੈ ਗੋਬਿੰਦਗੜੀਏ ਕਹਿੰਦੇ ਸ਼ੰਭੂ ਨੇ ਲਾ ਪਾਲ ਕਹਿੰਦੇ ਫੇਰ ਆਓ ਬੱਲੇ ਬੱਲੇ ਬਾਈ ਸ਼ਾਨ ਰਣ ਕਹਿੰਦੇ ਐਂ ਦੇਖਾਂਗੇ ਵੀ ਚਾਰ ਦੇ ਵਾਧੇ ਹੋ ਗਏ ਰਣ ਜਿਹੜੇ ਚਾਰ ਦੇ ਵਾਧੇ ਹੋ ਗਏ ਹੈ ਅੱਜ ਤੇ ਕਹਿੰਦੇ ਸੱਸਾ ਬਾਹਰ ਹੀ ਹੋਈ ਹੈ ਤੇ ਸੌਂਟੀ ਦੀ ਟੀਮ ਨੇ ਕਹਿੰਦੇ ਮੇਰੇ ਵੀਰਿਓ ਪਿਛਲਾ ਮੈਚ ਜਿਹੜਾ ਉਹ ਜੇਤੂ ਕਰਾਰ ਦੇ ਦਿੱਤੀ ਹੈ ਸੈਕਟਰ ਦੀ ਟੀਮ ਚੰਡੀਗੜ੍ਹੀਆਂ ਮੁੰਡੇ ਸੌਂਟੀ ਵਾਲੇ ਮੁੰਡੇ ਉਹ ਕਹਿੰਦੇ ਵੀ ਟੀਮ ਜਿਹੜੀ ਨਿਕਲ ਗਈ ਇਸ ਟੂਰਨਾਮੈਂਟ ਤੋਂ ਪਰ ਉਧਰ ਦੇਖਾਂਗੇ ਵੀ ਸਟ੍ਰਾਈਕ ਦੇ ਉੱਤੇ ਸ਼ੰਭੂ ਕਹਿੰਦੇ ਗੋਬਿੰਦਗੜ ਮੰਡੀ ਵਾਲਾ ਆਓ ਬਾਲ ਪ੍ਰੋਵਾਈਡ ਦੇ ਇਸ਼ਾਰੇ ਹੋਣੇ ਵਾਲੇ ਵੀ ਲੰਬੜਦਾਰ ਆ ਬਾਲ ਕਹਿੰਦੇ ਬਾਈਡ ਆਓ ਬਾਲ ਜਿਹੜੀ ਵਾਈਡ ਹੋ ਗਈ ਹੈ ਮੇਰੇ ਵੀਰੋ ਸਾਹਮਣੇ ਦੇਖਦੇ ਆ ਬਾਲ ਪਾਉਣ ਦੇ ਲਈ ਖੇਡ ਦੇ ਮੈਦਾਨ ਦੇ ਅੰਦਰ ਜੌਂਟੀ ਤਿਆਰ ਵਰ ਤਿਆਰ ਹੈ ਤੇ ਸਾਹਮਣੇ ਸ਼ੰਭੂ ਆ ਮੁੰਡਾ ਗੋਬਿੰਦਗੜੀ ਆ ਧਿਆਨ ਜਿਹੜਾ ਕਰਾਉਂਦਾ ਬੱਲੇ ਬੱਲੇ ਖੇਡ ਦੇ ਮੈਦਾਨਾਂ ਦੇ ਅੰਦਰ ਧਿਆਨ ਵੱਡਾ ਵੇਲਾ ਤੇ ਵੱਡੀ ਚਰਚਾ ਛਿੜੀ ਹੋਈ ਆ ਧਿਆਨ ਖਣਿਆਣ ਵਾਲੇ ਮੁੰਡਿਆਂ ਨੇ ਐਨ ਸੱਦਿਆ ਹੋਇਆ ਗੋਬਿੰਦਗੜੀ ਆ ਜੌਂਟੀ ਦੁਨੀਆ ਉਸਤਾਦ ਕਹਿੰਦੀ ਆ ਤੇ ਉਸਤਾਦ ਦੀਆਂ ਬਾਲਾਂ ਪੈ ਰਹੀਆਂ ਮੇਰੇ ਵੀਰੋ ਧਿਆਨ ਉੱਧਰ ਸ਼ੈਲੀ ਵੀ ਕੌਲਗੜੀ ਆ ਯਾਰਾਂ ਦਾ ਯਾਰ ਉਹ ਵੀ ਪੁੱਜਿਆ ਹੋਇਆ ਵੱਡੀਆਂ ਜ਼ਿੰਮੇਵਾਰੀਆਂ ਉਸਤਾਦ ਦਾ
ਮੀਲੇ ਦੀਆਂ ਪੱਟੀਆਂ ਜ਼ਿੰਮੇਵਾਰੀਆਂ ਚੱਕੀ ਫਿਰਦਾ ਐਣ ਉਧਰ ਕਹਿੰਦੇ ਲਾਲ ਸਰਪੰਚ ਨੇ ਵੀ ਆਖਿਆ ਤਲਵੰਡੀ ਵਾਲੇ ਕਹਿੰਦੇ ਨੇ ਯਾਰਾ ਬਾਲ ਆਉਣਾ ਵੀ ਅੱਜ ਪੱਟੇ ਮੈਚ ਦੇ ਵੱਡੇ ਖਿਡਾਰੀ ਖੇਡਦੇ ਨੇ ਹੁਣ ਇਹਨਾਂ ਗਰਾਊਂਡਾਂ ਦੇ ਅੰਦਰ ਲਾਓ ਚੌਂਟੀ ਦੀ ਕਹਿੰਦੇ ਬਾਲ ਹੈ ਤੇ ਸਾਹਮਣੇ ਗਵਿੰਦਗੜੀਆ ਸ਼ੰਭੂਠੇ ਸੈਕਟਰ 47 ਜੇਤੂ ਦੇਤੀ ਬਾਈ ਚੌਂਟੀ ਵਾਲੇ ਮੁੰਡੇ ਖੇਡੇ ਨਹੀਂਗੇ ਆਹ ਮੋੜਤਾ ਗਵਿੰਦਗੜੀਆ ਕਹਿੰਦੇ ਸ਼ੰਭੂ ਮੇਰੇ ਵੀਰਿਓ ਆਊਟ ਹੋ ਕੇ ਵਾਪਸ ਆਏ ਚੌਂਟੀ ਉਸਤਾਦ ਦੇ ਕਹਿੰਦੇ ਬਾਲੇ ਚਰਚੇ ਲੰਬੇ ਸਮੇਂ ਤੋਂ ਮੇਰੇ ਵੀਰਿਓ ਐਮੀ ਬਾਈ ਵੱਲੋਂ ਜਿਹੜੇ ਖਿਡਾਰੀ ਨੇ ਕੈਚ ਕੀਤਾ ਉਹਦੇ ਲਈ 500 ਦੇ ਮਾਣ ਹੈ ਜਿਹੜੇ ਮੁੰਡੇ ਨੇ ਕਹਿੰਦੇ ਕੈਚ ਫੜਿਆ ਐਮੀ ਵੱਲੋਂ 500 ਦੇ ਮਾਣ ਫੋੜਗੇ पिछले दिन कहते दुबई बल्ले टिकाने लाउना रखने वाला पुलिसिया आ गया मेरे वीरे कहते स्ट्राइक पुलिसिया यार आ गया मेरे वीरे सामना करने तैयार वर तैयार उधर उस्ताद दियां बालां पै रही है ਜੌਂਟੀ ਤੇ ਜੀਵਾ ਓਹੋ ਵਾਹ ਓਏ ਉਸਤਾਦ ਦਾ ਕਮਾਲ ਨਹੀਂ ਪਾ ਦਿੱਤੀ ਹੈ ਐਨ ਉਸਤਾਦ ਦੀਆਂ ਬਾਲਾਂ ਪੈ ਰਹੀਆਂ ਤੇ ਸਾਹਮਣੇ ਰੱਖੜੇ ਵਾਲਿਆ ਓਏ ਦੁਨੀਆ ਚਾਹੁੰਦੀ ਹੈ ਵੀ ਮੈਚ ਤਕੜਾ ਹੈ ਵੀ ਛੱਕੇ ਛੁੱਕੇ ਵੱਜਣ ਹੱਲਾ ਗੁੱਲਾ ਹੋਵੇ ਦਰਸ਼ਕਾਂ ਦੀ ਮੰਗ ਹੈ ਸਾਹਮਣੇ ਦੇਖਾਂਗੇ ਉਸਤਾਦ ਦੀ ਬਾਲ ਖੇਡਿਆ ਸ਼ਾਟ ਤੇ ਰੰਗ ਜਿਹੜੇ ਦੇਖਾਂਗੇ ਕਿੰਨੇ ਆ ਆਓ ਰਣ ਕਹਿੰਦੇ ਚਾਰ ਦੇ ਵਾਅਦੇ ਕਰਦੇ ਰੱਖੜੇ ਵਾਲਾ ਜੀਵਾ ਮੇਰੀ ਵੀਰਿਓ ਕਰ ਦੋ ਬਾਈ ਸ਼ੇਅਰ ਕਰ ਦੋ ਪਰ ਜੌਂਟੀ ਨੇ ਵੀ ਕਹਿੰਦੇ ਕਮਾਲ ਦੀਆਂ ਬਾਲਾਂ ਪਾਈਆਂ ਵੀ ਗਵਿੰਦਗੜ੍ਹ ਦੇ ਪਲੇਅਰਾਂ ਦੇ ਯਾਰੋ ਕੀ ਕਹਿਣੇ ਨੇ ਮੋਹਣ ਫੌਜੀ ਸ਼ੰਭੂ ਤੇ ਅਨਮੋਲੀ ਕਹਿਣੇ ਨੇ ਵੀ ਲੱਕੀ ਬਾਮਣ ਵੀ ਛੱਕੇ ਕਹਿੰਦੇ ਕਹੋਂ ਦੇ ਬਾਲਰਾਂ ਨੂੰ ਮਾਰਦਾ ਪਰ ਆਲਰਾਊਂਡਰ ਲੱਭਣਾ ਔਖਾ ਗਵਿੰਦਗੜ੍ਹ ਦੇ ਜੌਂਟੀ ਨਾਲ ਦਾ ਆਓ ਗਵਿੰਦਗੜ੍ਹ ਦੇ ਜੌਂਟੀ ਨਾਲ ਦਾ ਜੌਂਟੀ ਦੇ ਚਰਚੇ ਆ ਮੇਰੇ ਵੀਰਿਓ ਪਰ ਸਾਹਮਣੇ ਕਾਸਕੋ ਕ੍ਰਿਕਟ ਦਾ ਕਹਿੰਦੇ ਇੱਕ ਕਲਾਸ ਖਿਡਾਰੀ ਹੈ ਔਰ ਰੱਖੜੇ ਵਾਲਾ ਜੀਵਾ ਆ ਮੁੰਡੇ ਦੇ ਵੀ ਚਰਚੇ ਵਾਲੇ ਪਰ ਆ ਕੀ ਬਣ ਗਿਆ ਨੰਬਰ ਵਾਲਾ ਉਹ ਤੇਰਾ ਘਮੰਡੀ ਵੀ ਮੋੜਦਾ ਹੈ ਤੇ ਹੁਣ ਐਣ ਕਹਿੰਦੇ ਪਿੰਡਾਂ ਦੇ ਗੱਲਾਂ ਹੋਣਗੀਆਂ ਵੀ ਤੁੱਕਿਆਂ ਦੇ ਨਾਲ ਸਦਾ ਜ਼ਿੰਦਗੀ ਨਹੀਂ ਚੱਲਦੀ ਇਸ ਤੋਂ ਬਾਅਦ ਕੀ ਨੇ ਹੁਣ ਤੀਰਾਂ ਨਾਲ ਗੱਲ ਬੜੇ ਮਸਲੇ ਦੇ ਹੱਲ ਦੀ ਵੀ ਹਰ ਵੇਲੇ ਰਵੇ ਜਿਹਦਾ ਉੱਕਦਾ ਨਿਸ਼ਾਨਾ ਔਰ ਛੱਡ ਦੇਣੀ ਉਸ ਨੂੰ ਕਮਾਨ ਚਾਹੀਦੀ ਵੀ 11 ਦੇ ਆਸਿਰਾਂ ਤੇ ਨਹੀਂ ਹੁੰਦੀਆਂ ਲੜਾਈਆਂ ਆਪਣੇ ਵੀ ਡੌਲਿਆਂ ਚ ਜਾਨ ਚਾਹੀਦੀ ਆਪਣੇ ਵੀ ਡੌਲਿਆਂ ਤੇ ਜਾਨ ਚਾਹੀਦੀ ਦੋ ਵੱਡੀਆਂ ਵਿਕਟਾਂ ਗਿਰੀਆਂ ਤੇ ਕਰਨਵੀਰ ਆਉਏ ਤੋਂ ਉਸਤਾਦ ਨੇ ਦੱਸਤਾ ਵੀ ਪਿੰਡ ਵਾਲਿਆਂ ਤੇ ਆਈ ਕਰਨਵੀਰ ਐਮੀ ਬਾਈ ਕਹਿੰਦਾ ਵੀਰੇ ਕੈਚ ਫੜਿਆ ਉਹਦੇ ਲਈ ਵੀ 500 ਸਣੀ ਵੱਲੋਂ ਜਿਹੜੇ ਕੈਚ ਫੜਿਆ ਆ ਬਾਈ ਦੇ ਲਈ ਵੀ 500 ਦੇ ਜਿਹੜੇ ਮਾਣ ਹੈ ਉਧਰ ਸਤਿਆਰਿਆ ਸਣੀ ਬਾਲਰ ਨੇਮ ਕੀ ਆ ਗੋਰਾ ਸੈਕਟਰ 47 ਦਾ ਅਮਲੋ ਵਾਰਡ ਨੰਬਰ 5 ਦੇ ਨਾਲ ਅਗਲਾ ਮੈਚ ਖੇਡਿਆ ਜਾਣਾ ਮੇਰੇ ਵੀਰਿਓ ਤੇ ਸਾਹਮਣੇ ਤੱਕਦੇ ਆ ਖੇਡ ਦੇ ਮੈਦਾਨ ਦੇ ਅੰਦਰ ਬਾਲ ਪਾਉਣ ਦੇ ਲਈ ਐਨ ਮੁੰਡਾ ਤਿਆਰ ਹੈ ਖਣਿਆਣ ਵਾਲਾ ਮੇਰੇ ਵੀਰਿਓ ਤੇ ਸਾਹਮਣੇ ਦੇਖਾਂਗੇ ਮੁੰਡਾ ਮਾਜਰੀ ਵਾਲਾ ਆ ਗਿਆ ਵੱਡਾ ਮੈਚ ਹੈ ਤੇ ਇੱਕ ਵੱਡੀ ਟੱਕਰ ਹੈ ਮੇਰੇ ਵੀਰਿਓ ਤੇ ਸਾਹਮਣੇ ਦੇਖਾਂ ਖੇਡ ਦੇ ਮੈਦਾਨ ਦੇ ਵਿੱਚ ਗੋਰਾ ਦੋ ਵਿਕਟਾਂ ਕੱਢਦਾ ਤੇ ਸਰੀ ਬਾਈ ਕਹਿੰਦਾ ਮੇਰੇ ਵੱਲੋਂ 500 ਹੈ 500 ਇਹਦੇ ਪਚਾਰੇ ਗਾਂਧੀ ਹੈ ਉਹ ਦਿੱਤਾ ਜਾਣਾ ਹੈ ਕਮਾਮਾ ਵਾਲਾ ਹੈ ਅੱਜ ਮੇਰੇ ਵੀਰੋ ਇਹਦੇ ਦੁਨੀਆ ਦੇ ਚੱਕਰਾਂ 'ਚ ਪਾਇਆ ਹੋਇਆ ਅਗਲਾ ਮੈਚ ਤਲਵਿੰਦਰ ਦਾ ਬਾਈ ਬਾਲ ਗੋਰੇ ਦੀ ਇਹ ਸਾਹਮਣੇ ਖੇਡਾ ਸ਼ਾਟ ਦੇ ਰੰਗ ਸਿੰਗਲ ਹੈ ਆਓ ਇੱਕ ਰਨ ਦੇ ਵਾਅਦੇ ਕਿਤੇ ਮਾਜਰੀ ਵਾਲੇ ਮੁੰਡੇ ਨੇ ਕਰ ਦਿੱਤੇ ਤੇ ਪਿੰਡ ਵਾਲਿਆਂ ਨੂੰ ਕੁਝ ਨਾ ਕੁਝ ਕਰਕੇ ਦਿਖਾਉਣਾ ਪੈਣਾ ਰਹਿੰਦੀਆਂ ਬਾਲਾਂ ਦੇ ਵਿੱਚ ਵੀ ਕਹਿ ਦਈਏ ਬੱਲੇ ਬੱਲੇ ਜਿਹੜੀ ਆਓ ਕਰਵਾਉਣੀ ਪੈਣੀ ਹੈ ਨਾਲ ਸਾਹਮਣੇ ਮੁੰਡਾ ਸਰਦਾਰ ਕਹਿੰਦੇ ਤਿਆਰੀ ਦੇ ਵਿੱਚ ਹੈ ਵੀ ਚਾਰ ਪੁੱਤ ਵਾਰੇ ਪੰਜਵੀਂ ਮਾਂ ਵਾਰੀ ਛੇਵਾਂ ਬਾਪ ਵਾਰੇ ਸੱਤ ਬਾਪ ਵਾਰੇ ਆ ਸੱਤ ਵਾਰ ਕੇ ਕਹਿੰਦਾ ਕੋਲਾ ਮਿੱਠਾ ਲੱਗੇ ਤੇਰਾ ਕਿ ਸਰਬੰਸ ਰਾਨੀਆਂ ਵੇ ਆਓ ਦੇਣਾ ਕੌਣ ਦੇਊਗਾ ਤੇਰਾ ਦੇਣਾ ਕੌਣ ਦੇਊਗਾ ਤੇਰਾ ਰਣ ਕਹਿੰਦੇ ਛੇ ਮੁੰਡੇ ਨੇ ਜੋੜ ਦਿੱਤਿਆ ਮਾਜਰੀ ਵਾਲੇ ਨੇ ਕਹਿੰਦੇ ਆਪਣੀ ਟੀਮ ਦੇ ਲਈ ਬੱਲੇ ਬੱਲੇ ਕਰਵਾਈ ਹੈ ਲਓ ਪੈਂਦੀ ਬਾਲ ਆਓ ਸਣੀ ਤੇ ਸਾਹਮਣੇ ਫੇਰ ਕਹਿੰਦੇ ਮਾਜਰੀ ਵਾਲਾ ਆਓ ਖੇਡਿਆ ਸ਼ਾਟ ਪਰ ਦੇਖਾਂਗੇ ਰਾਣੀ ਕੀ ਆ ਤੂੰ ਆਓ ਗੱਲਾਂ ਕਹਿੰਦੇ ਟਿਕਾਣੇ ਵੀ ਭਾਜੋ ਮਿੱਤਰਾ ਕਿ ਭੱਜਿਆਂ ਨੂੰ ਇੱਕੋ ਜਿਹੇ ਬਾਣ ਮਿੱਤਰੋ ਅੱਜ ਟੱਕਰੇ ਨੇ ਹਾਣੀਆਂ ਨੂੰ ਹਾਣ ਮਿੱਤਰੋ ਵੀ ਰਾਜਾ ਕਿਲਾ ਲਿਖੇ ਗੱਲ ਲੱਖ ਲੱਖ ਦੀ ਧੁੰਮ ਪੈ ਗਈ ਖਰਿਆਣ ਦੇ ਵੱਡੇ ਕ੍ਰਿਕਟ ਕੱਪ ਦੀ ਆਓ ਵੱਡੇ ਕ੍ਰਿਕਟ ਕੱਪ ਦੀ ਸਾਹਮਣੇ ਪੈਂਦੀ ਬਾਲ
आओ कमाल प्रोवाइड दे इशारे जड़ी हो गई है। लो उधर गोरे दिया बाला पै रही है मेरे वीरियो गोरे आ तेरिया दो बिगत 500 दिया सुनी कहना आप कहना ये उपर की बार देने नोट उधर गोरा वाला पा रहा मेरे वीरियो एक बड़ा मेला मैच भी चोटी का सामने देखा गे टक्कर सिरे दी है बाल पै गई गला टिकाने ला रखी है उधर गोरे दिया वाला पै रही है सामने गोरा 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 पा गया कमाल दी बाल रन देखांगे सिंगल तो मुंडा डबल जोड़ गया खेड़ मैदान एन बल्ले बल्ले होई जाती है एन एक बड़ा मेला है बड़ी चर्चा छिड़ी हुई है एक दिन का मेला करा के एन 16 टीम खड़ा के शैली होना ने जस होना ने भी एन बखरी जी एन कमाल कर दिती है मेरे वीरियो अज पंजाब की क्रीम सदी हुई है मेरे वीरियो बड़ा मेला दे बड़ी टक्कर है बाल वाइड है बाल वाइड है नो बाल है बाल जड़ी नो है ਲਾ ਪਾਲ ਕਹਿੰਦੇ ਦੋਆ ਤੇ ਕਰਨ ਹੋਰ ਜੁੜ ਗਏ ਕਹਿੰਦੇ ਉਧਰ ਬੈਟਿੰਗ ਟੀਮ ਦੇ ਖਾਤੇ ਉਧਰ ਲਵ ਸਰਪੰਚ ਹੋਣੀ ਆਏ ਹੋਏ ਤਲਵੰਡੀ ਵਾਲੇ ਕਹਿੰਦੇ ਵੀ ਨਵੰਬਰ ਮਹੀਨੇ 3 ਵਾਰ ਉਹਦੇ 41,000 ਕਹਿੰਦੇ ਤਲਵੰਡੀ ਮਲਕ ਦੇ ਚਬਟੇ ਮਿਲੇ ਦੇ ਲੈ ਵੀ ਨੰਬਰਦਾਰਾ ਕਹਿੰਦੇ ਚਰਚੇ ਹੋਣਗੇ ਪਰ ਉਧਰ ਸਾਹਮਣੇ ਬੱਲੇ ਬੱਲੇ ਫ੍ਰੀ ਹਿੱਟ ਬਾਲ ਤੇ ਦੇਖਾਂਗੇ ਵੀ ਰਣ ਕਹਿੰਦੇ ਦੌੜ ਕੇ ਆਓ ਦੋ ਦੋ ਦੇ ਵਾਅਦੇ ਕਹਿੰਦੇ ਮੁੰਡਿਆਂ ਨੇ ਕਰ ਦਿੱਤੇ ਹੈ ਖੇਡ ਦੇ ਮੈਦਾਨ ਅੰਦਰ ਵੱਡੇ ਮੈਚ ਦੇ ਚਰਚੇ ਤੇ ਕਹਿੰਦੇ ਖੜਿਆੜ ਦੀ ਧਰਤੀ ਹੈ ਖੜਿਆੜ ਪਿੰਡ ਦੇ ਮੁੰਡੇ ਦੇਖ ਲੋ ਮੁੰਡੇ ਸ਼ੌਕ ਪਗਾਉਂਦੇ ਆ ਦਸਾਂ ਨਹੋ ਦੀ ਕਿਰਤ ਕਮਾਈ ਖੇਡਾਂ ਉੱਤੇ ਲਾਉਂਦੇ ਆ ਵੀ ਖਰੇ ਖੋਟੇ ਦੀ ਪਰਖਿਣਾ ਨੂੰ ਕਰਦੇ ਗਰ ਟੜਕਾ ਕੇ ਵੀ ਰਾਜੇ ਖੇਲੇ ਸੱਚੇ ਮਿੱਤਰ ਮਿਲਦੇ ਜੱਫੀਆਂ ਪਾ ਕੇ ਰਾਜੇ ਖੇਲੇ ਸੱਚੇ ਮਿੱਤਰ ਮਿਲਦੇ ਜੱਫੀਆਂ ਪਾ ਕੇ ਸਾਹਮਣੇ ਕਹਿੰਦੇ ਮਾਜਰੀ ਵਾਲੇ ਮੁੰਡਿਆਂ ਦੇ ਚਰਚੇ ਹੋ ਰਹੇ ਆ ਪ੍ਰਬੰਧਕਾਂ ਦੀ ਟੀਮ ਕਹਿੰਦੇ ਬਾਲਾ ਮਾਰੀਆਂ ਜੀ ਦੂਰ ਸ਼ਕਤੀ ਰਣ ਜਿਹੜੇ ਕਹਿੰਦੇ ਬਣ ਗਏ ਆ ਐਂਡ ਪਾਲ ਪੌੜ ਦੇ ਵੀ ਦੇਖਾਂਗੇ ਵੀ ਕਿਹੜਾ ਖਿਡਾਰੀ ਕਹਿੰਦੇ ਤਿਆਰੀ ਫੜਦਾ ਹੈ ਵੀ ਆ ਗਏ ਨੇ ਮੈਦਾਨ ਵਿੱਚ ਖਿੱਚ ਕੇ ਤਿਆਰੀਆਂ ਮਿਹਨਤਾਂ ਦੇ ਨਾਲ ਯਾਰੋ ਬੋਡੀਆਂ ਸ਼ਿੰਗਾਰੀਆਂ ਵੀ ਲੱਗੂਗਾ ਮੈਦਾਨ ਵਿੱਚ ਆਓ ਜ਼ੋਰ ਚੋਟੀ ਗੱਡੀ ਦਾ ਕਿ ਕੋਟੀ ਤੋਂ ਸੀਰਾ ਬਣ ਜਾਏ ਜਿਹਨੂੰ ਲੱਗ ਜਾਏ ਇਸ਼ਕ ਖੇਡ ਵੱਡੀ ਦਾ ਵੱਡੀ ਖੇਡ ਬਣੀ ਹੈ ਕਹਿੰਦੇ ਕ੍ਰਿਕਟ ਦੀ ਤੇ ਚਰਚੇ ਹੁੰਦੇ ਹੈ ਭਾਈ ਜੀ ਬਾਲਰ ਦਾ ਨਾਮ ਜ਼ਰੂਰ ਦੱਸੀਏ ਸੁਰਿੰਦਰ ਲਓ ਸੁਰਿੰਦਰ ਖਣਿਆਣ ਬਾਲ ਬਾਲ ਪਾਉਣ ਦੇ ਲਈ ਕਹਿੰਦੇ ਤਿਆਰ ਆਏ ਉਧਰ ਸਾਡਾ ਭਰਾ ਕਹਿੰਦੇ ਸੁੱਖ ਸੰਧੂ ਵੀ ਆ ਤਲਵੰਡੀ ਵਾਲਾ ਟਾਪ ਦਾ ਖਿਡਾਰੀ ਹੈ ਕਹਿੰਦੇ ਤਲਵੰਡੀ ਦੀ ਟੀਮ ਦਾ ਮੇਰੇ ਵੀਰੇ ਫੁੱਟ ਨਾਲ ਦਾ ਉਹ ਵੀ ਭਰਾ ਕਹਿੰਦੇ ਪਹੁੰਚੇ ਹੈ ਬੜਾ ਧੰਨਵਾਦ ਲਓ ਸਾਹਮਣੇ ਪੈਂਦੀਆਂ ਬਾਲਾਂ ਤੇ ਪੱਲੇ ਪੱਲੇ ਕਹਿੰਦੇ ਮਾਜਰੀ ਵਾਲੇ ਮੁੰਡੇ ਕਰਾਈ ਉਹਦੇ ਲਈ ਵੀ ਨੰਬਰਦਾਰਾ ਐਨ ਸਮਝਾ ਦੇ ਪਿੰਡ ਵਾਲਿਆਂ ਨੂੰ ਤਕੜੀਆਂ ਬਾਲਾਂ ਪਾਉਣੀਆਂ ਪੈਣਗੀਆਂ ਲਓ ਸਾਹਮਣੇ ਦੇਖਾਂਗੇ ਵੀ ਰਨ ਜਿਹੜਾ ਸਿੰਗਲ ਐਨ ਜਾ ਜੋੜਿਆ ਮੇਰੇ ਵੀਰੇ ਖੇਡ ਦੇ ਮੈਦਾਨ ਦੇ ਵਿੱਚ ਮੇਲਾ ਫੱਟਾ ਸਵਾਦ ਵਧਿਆ ਹੋਇਆ ਮੇਰੇ ਵੀਰੋ ਐਨ ਹੱਲਾ ਗੁੱਲਾ ਹੋ ਜ਼ਰੂਰ ਪਿੰਡ ਵਾਲੇ ਬਹਿਜਾ ਬਹਿਜਾ ਕਰਾਉਂਦੇ ਆ ਐਨ ਲਾ ਸਰਪੰਚ ਹੁਣੀ ਕਹਿੰਦੇ ਤਲਵੰਡੀ ਵਾਲੇ ਵੀ ਨਵੰਬਰ ਮਹੀਨੇ ਦੇ ਵਿੱਚ ਲੰਬੜਦਾਰਾ ਫੱਟਾ ਮੇਲਾ ਕਰਾਉਣਾ 3 ਵਾਰ ਆਉਂਦਾ ਤੇ ਹੱਲਾ ਗੁੱਲਾ ਉੱਥੇ ਵੀ ਵੱਡਾ ਹੋਣਾ ਤੇ ਸਾਹਮਣੇ ਦੇਖਾਂਗੇ ਮਾਚਰੀ ਵਾਲਾ ਮੁੰਡਾ ਏ ਓਏ ਉਹ ਤੇਰੇ ਲੜਦੇ ਕਿੰਜ ਕੋਬਰਾ ਐਨ ਉਹ ਜਸ ਹੋਏ ਉਹ ਛੱਡਦੀ ਕੈਚ तकड़ी फील्ड जिहड़ी करनी पै रही है लो पेंदी बाल आओ सोना शॉट मुंडे दा पर देखेंगे भी बाल कहिंदे टाटा है खेड दे मैदान अंदर कहिंदे खेडिया जा रहे है ਪ੍ਰਬੰਧਕਾਂ ਦੀ ਕਹਿੰਦੇ ਟੀਮ ਜਿਹੜੀ ਖੇਡਦੀ ਜਾਂਦੀ ਹੈ ਇਸ ਸਮੇਂ ਖੇਡ ਮੈਦਾਨ ਅੰਦਰ ਅਗਲੀ ਪਾਲ ਪਾਉਣ ਦੇ ਲਈ ਮੁੰਡਾ ਕਹਿੰਦੇ ਫਿਰ ਤੋਂ ਵੱਧ ਹੈ ਤੇ ਸਟ੍ਰਾਈਕ ਤੇ ਮਾਜਰੀ ਵਾਲਿਆ
ਤੋਜਾ ਤਗੜਾ ਇੱਕ ਦਾ ਛੱਕਾ ਭੱਜੇ ਤੇ ਲੋਕੀ ਕਹਿੰਦੇ ਆ ਵੀ ਸਵਾਦ ਸਵਾਦ ਫੇਰ ਆਉਣਾ ਹੈ ਪਰ ਕਿਹਦੇ ਸ਼ਾਟ ਤੇ ਰਨ ਦੇਖਾਂਗੇ ਵੀ ਸਿੰਗਲ ਨਹੀਂ ਵਾਧੇ ਹੋਏ ਹੈ ਲਓ ਰਨ ਜਿਹੜੇ ਸਿੰਗਲ ਦੇ ਜਿਹੜੇ ਵਾਧੇ ਹੋ ਗਿਆ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਐਣ ਰਹਿੰਦੀਆਂ ਦੇ ਵਿੱਚ ਜਿਹੜਾ ਐਣ ਹੁਣ ਛੱਕੇ ਵਜਨ ਦੁਨੀਆ ਕਹਿੰਦੀ ਆ ਫਿਰ ਸਵਾਦ ਆਉਣਾ ਹੈ ਐਨ ਉਧਰੋਂ ਸਨੀ ਕਹਿੰਦਾ ਜੇ ਮੇਰੇ ਪਿੰਡ ਵਾਲੇ ਟਿਕਟਾਂ ਕੱਢ ਲੈਣਗੇ ਜਿੰਨੀਆਂ ਟਿਕਟਾਂ ਉਨੀਆਂ ਦੇ ਕਹਿੰਦਾ ਕਹਿੰਦਾ ਚਾਹੇ 500-500 ਲਾ ਦੇ ਗੱਲਾਂ ਟਿਕਾਣੇ ਲੱਗ ਜਾਣੀਆਂ ਉਹ ਸਵਾਦ ਵਧੀਆ ਸਵਾਦ ਇਹ ਪਿੰਡ ਵਾਲਾ ਧੂੜ ਕੱਢੀ ਆਉਂਦਾ ਸਾਡਾ ਉਹਨੇ ਤੇ ਕਹਿੰਦੇ ਬੱਲੇ ਬੱਲੇ ਕਰਾਤੀ ਉਹਨੇ ਬੱਲੇ ਬੱਲੇ ਕਰਾਤੀ ਹੈ ਵੀ ਬੰਦਾ ਮਿਹਨਤ ਨਾ ਕਰਦਾ ਤਰੱਕੀਆਂ संताली रन बन गए है माजरी की टीम दे तीन ओवर तो बाद कहते 47 रन जेडे बन गए है चौथे ओवर की शुरुआत करने लई हुण देखांगे भी कौन आ गया है जस आ गया है क्यों डर लगदा ओदी हिक च बच ओए ओदी हिक च बच देख एन दो हथ करारे करके पहला कोकी जी करा के हटे ने कोई गल नहीं ना सामने कहिंदे बाल पै रही है पर उधर बाल कहते फिर बाइड है लवी शाहपुर गया उसे पहले पास हो गया है लवी जस ढुकी कहने रे भी ये दस बालों का घट उभर नहीं पाता हम पाले सीधिया बाले ने कहती छे ने भी हसया भी गल कसूती भी बनती जा रही है दो पाइया तो दो बाइटा हो गई लो सामने पी बाल बल्ले बल्ले आओ बल्ले रन रन देखांगे मेनू लगदा ए कुछ होर भाल दे आए ना कर जस होए कह दे पिंड वालियां नू फिर तो बह के मेला देखना पै जाना फिर बह के मेला देखना पै जाना वो मेरे भीओ एंड वाकई वाकई स्टेज वाले पासे भी नहीं आना कह रहे उत्थे बैठना सामने टेंट लग्या होया भी दूर रहिए पिंड वाली मेहनत जे मारी जाणगे लाओ तकड़ियां पौड़ियां पैणगियां रहिंदियां वाला लाओ सामने कहिंदे फिर आओ बल्ले 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 शॉट फिर शाबाश 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 मेनू ए लगदा मेरे वांग चिट्टे पाउन नू फिरदा ऐने चिट्टे कुर्ते पजामे पाउन नू फिरदा मेरे वीरो लो जे चारे डॉट पाउंदा सनी कहिंदा 500 कहिंदे लंबरदारा पर मेनू काम औखा ही लगदा बाकी जिहड़े हिसाब नाल ता पिंडों दे आले खड़ा ना मेनू काम औखा लगदा भी सारे समझाई जांदे आ भी बाल पौणी ते पौणी किथे है लो सामने कहिंदे जस भी बाल जिहड़ी फेर पैर जा रही है चार रहिंदियां ते बड़ू ते बड़ू किते परमात्मा जाणदा है लो पैंदी बाल फिर बाइड है ढोकी ने भी करेगी साइड से दस हो जाए पूरी तीन बैटा से पै गई है एन कहते कुल मिला के रन कहते एक होर दे वादे हो गए है शैली तू मार दे दे कान दे फूक तेरे की पता तेरा कहा मन जे क्योंकि तेरे नाल प्यार शाबाश शाबाश छोड़ा भैया छे शाबाश देखांगे शाबाश किन्ने आ छे शाबाश 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 मेनू लगदा ए चिट्टे पाउन नू फिरदा शाबाश शाबाश शैली कहंदे ने फूक की मारे मेरा जी करदे ने कुछ होर मारा क्योंकि होरे काम कराई जांदा होरे काम ते कहंदे होया पिया लाओ सामने कहंदे बाल जिहड़ी पैर जा रही है लै भी जस तगड़ा हो जा तगड़ा हुण बल्ले बल्ले करौड़ी पैड़ी है रहिंदियां तीन बालां ने और तीन दे विच 17 ला के मिंटू तीन च 17 ला के पहलियां च हुण तीन रहिंदियां ने जी हले तीन रहिंदियां हले नहीं जान छुट्टी औखी जान छुड़नियां जस इहदी तेरी तां औखी जान छुड़नी ओ मेरे वीरो कम औखा बनिया पिया तीन च 17 ला के हले तीन रहिंदियां सामने मुंडा फेर त्यार है और
मिंटू हुण तक रन कहते बाले खर्च हुई जाते हैं पर देखा भी इधर भी कहते सुखी अर्गे चोटी अर्गे कहने भी सट सुट तक सामला गए काम पर टपाता मेनू लगता उपर की टपाता काम होना कहते उपर की टपाता पर आउट है आ सिरे की पाती जे आ लास्ट वाल रह गई कुछ होर ही करने फिर सामने देखा सिंगल लो दूजे की ट्राई होगी पर नहीं रन आउट है उसका तो कुछ लैवी नंबरदार मेन लगता भी 20 बूथ तक आ गया कम लोट किन्ने बन गए जी अजय है नहीं स्कोर जी बाट किन्ने रन बने जी मेरे जी चेक मान सेखा जी हाँ स्कोर लाइन दो कोई भी नहीं छियाहठ रन बने जी 67 का टारगेट है 67 रन का कहते टारगेट जिहड़ा सैट होया है फील्ड सैट करे जी माजरी की टीम जल्दी दे नाल ते खड़ियाण दे पल्लेबाज कहते तैयारी फड़नगे जल्दी जल्दी करिए जी जल्दी बई वाह जे गोलू कहते 10 सैकंड दे बाहर आउंदा ते बड़े मान सम्मान होणगे ओह कहिंदा वी कोई गल नहीं रहण दो पानी पूनी पिला दो ही बहुत है गर्मी पाली है एंड कहते एक गर्मी माजरी वाले ने बना दी उधर कहते ग्राउंड दे अंदर थोड़ी जी होर जल्दी फिर सैट करी जी जल्दी बल्लेबाज आउणगे नवी नंबरदारा पाले नहीं है पर एक बाहरले खिडारी नूं कहिंदे वी सारा मैच खेडना पैणा है उधर राजा हीरा जी भी एन गल्लां कहिंदे टिकाणे लाउंदे बनाए जा रहे मेरे वीरे वाकई वाकई एन मैनूं लगदा वी जीवे नूं पुछदे वी एशिया कप किवें लगे दुबई जाके आए पिछले दिन ही भाई जी मैच शुरू कर दी जल्दी दे नाल हाँ लवी लंबड़दारा हुण सैट आ कम थोड़ा जा उधर राजा हीरा जी का बहुत बड़ा धन्यवाद है आ गया उत्तल हाँ हाँ नहीं शैली तेनू ऐ नहीं पूछे की खाना है हाँ ते पूछ लैंदा हुण तां दस दे हुण कर जा यार लैवी हीरा ने धूरी वाले कपल का लांभा है कहता पूछ लेना पर खमा नहीं बाकी ये लांभा लाना पैना मैं लगता भी अज अगला मैच तलविंदर शोषण वाले का भाई भाई बात जस कहते भी जिन्हें सिंगल करके सुखी नु स्ट्राइक दिता रहूगा हरेक सिंगल से 500 दिता जाना है अच्छा जी 100 दिता जाना है कोई गल नहीं ये माण वाली गल है लवी एन हाँ लवी राजे पुछ ला मुंडे नू ए जस है आ गया तेरी मासी दा फोन सनी वालों हाँ जिन्हें सिंगल ने 100 लवी माना या तो माण वाली गल जा मैं लगता भरोसा थोड़ा घट हौसला दे रहे ने भी एन हुण इहदे समा दसो भी गल किदां दी है पर जस ने कहते भी पिछलियां 3 वालों च मैच बदलिया मेरे वीरे जिहड़े हिसाब नाल काम चलिया सी लगदा सी भी असी उसी बन जाणे है पर हुण कहिंदे वी काम लोट है सही गल है लै वी धूरी वाले कोई गल नहीं हुण देखांगे वी शंभू ने बल पाउणी है कमामा वाला सुखी कहिंदा वी अज खेडणा सी पंडाल दे मेले ते पर कहिंदा वी एन प्रबंध करो प्यार वाला है राह च रुक गई फाट उधर नूं बाहर ही पै जाणी है एन गल्लां कहिंदे टिकाणे लग जाणियां मेरे वीरे थोड़ा अनफिट चलदा पिछले कई दिनों तों
पर कहता भी अच धुक्की कढ देनी है खड़ियाण के मेले से ला बाल पाउण दे लई मुंडा कहते किलगड़िया शंभू आओ तैयारी फड़दा मेरे वीर खेड दे मनिंदर भाई जी कर लिए फील्ड सैट करवा दिए बाल जल्दी दे नाल लेवी नंबरदार कह मुंडिया नो लो भाई जल्दी दे नाल फील्ड जिहड़ी सैट करके करा दिए जी मैच आपां लो सामने कदामा वाला सुखी अमलो ते सैक्टर 47 चंडीगढ़ भाई टास कर लैन दो टीम मेरी बेनती है जल्दी नाल आ गए लो सामने मेहमान बन के आया होया है जे चल गया ना ते सारा दिन ही थाड़ थड़ हुई जानी है भी सारे पिंड तो लौट नहीं आना जे रुस गया प्रौणा अज ते मेहमान बन के आया होया है कमामा वाला कहिंदे सुखी है मेरे वीरे लो शंभू दी बाल पाल पाउण दे लई वध गया पर देखांगे वी सोहणी बाल पा दी मुंडे ने कहिंदे यार करवाई है रण कहिंदे सिंगल आओ दूजे लई भज गया मुंडा रण कहिंदे दो मैच गया मेरे वीरे इस ने खेड दे कर दो भाई शेयर कर दो सारे जने ते मलो दीआं टीमां दा जिहड़ा कहिंदे अगला मैच खेडिया जाणा मेरे वीरे चंडीगढ़ ते मलो तैयारी दुनिया कहती है शुके दिखा दे पर बाल वाइड है शंभू दिया बाला पै रही मुंडा गोविंदगढ़िया बाला पा रहा खेड़ मैदान गोविंदगढ़ जितना इन तोड़ना पैना है उस्ताद ने पहला दसिया भी अनफिट चलना है जे ए फिट हो गया इन्हें कई तोड़ देने कई गड्डिया पैक करा देने कई मोटरसाइकिल पैक करा देने इन्हें सामने देखांगे बाल पाउण दे लई शंभू सामने सुखी खुल गया ना अज ते कहिंदे कईआं दे इंजन होणगे फेर इह वी गल पक्की शाम तक मैच बहुत तकड़े ही हुंदे जाणे मेरे वीरे लो दो चौके जड़ते सुखी ने पर लवी कमामा वालिया गलां टिकाने छक्के नाल लगनियां बालां भावें लख पैंदियां गल छक्कियां दे मुकदी गल छक्कियां दे मुकदी गल बिगटां दे मुकदी ते सामने कमामा वालिया ओ दुनिया तां तेरे लई आई हुई आ दुनिया तेरे लई आई हुई आ साडे चार जोड़ दित्ते आ वाह ओए कमामा वालिया बह जा बह जा कराई जा मैं ध्यान रन फिर चार अगले ओवर च देखांगे क्योंकि शंभू नूं छक्का मारना खाला जी का वाड़ा नी गोविंदगढ़िया फिट्टा एक्शन गोविंदगढ़िया ने करते गोविंदगढ़िया ने करते हुए सुखी मोड़ता है गल्लां बातां कहिंदे टिकाने लगी है उस्ताद नूं आना पैणा हुण ते शंभू दा ओवर हो गया जी इक रहिंदी हो गया जी ओवर कहिंदे रण दसो मान सिखा जी इक रहिंदी है जी करिंदी है हजे लवी शैली गल टिकाने गर्मी पा लई तूं पानी पूरी पी लै मैं तो बाद आ गई हां मैच भी खेडना फिर थोने जस सुणी कहिंदे ने फिट कर लो कितें बौंदल जे पहले ही अगले मैच कहिंदे खेडणे है बल्ले बल्ले करवाउणी पैणी लवी नंबरदारा क्योंकि गर्मी कहते पाली है जिम्मेवारियां वड्डियां ने आओ जी खिलाड़ी लो चौंटी आ गया कहते गोविंदगढ़ी उस्ताद आ गया दुनिया कास्को क्रिकेट का कहते अजूबा कहदिया मेरे वीर 11 तो 12 मोटरसाइकिल कहते जितते हुए है तो बल्ले बल्ले करवाई है कहते क्रिकेट की दुनिया के भी नंबरदारा घर देख लो भी चौंटी आ गया लो सामने चौंटी उस्ताद आ गया सामने देखांगे बाल पाउण दे लई एंड शंभू तैयार पर तैयार है मेरे वीरो लास्ट बाल चलदे ओवर दी उस्तादा एंड जे अज मैनेजमेंट दी टीम जिताउणी है ते तेनू बल्ले बल्ले कराउणी पैणी है तेनू छक्के मारने पैणे है
ਤੈਨੂੰ ਕੁਝ ਨਾ ਕੁਝ ਕਰਨਾ ਪੈਣਾ ਤੇ ਸਾਹਮਣੇ ਐਂਡ ਵਾਓ ਸ਼ੰਭੂ ਕਮਾਲ ਦੀ ਬਾਲ ਤੇ ਬਾਲ ਡਾਟ ਹੈ ਓਵਰ ਦੀ ਸਮਾਪਤੀ ਕਿੰਨੇ ਬਣ ਗਿਆ ਜੀ 15 ਹੋ ਗਿਆ ਇੱਕ ਓਵਰ ਲਓ ਇੱਕ ਓਵਰ 15 ਬਣ ਗਿਆ ਤੇ ਜੀ ਵੀ ਘੱਟੋ ਘੱਟ 8 ਛੱਕੇ ਚਾਹੀਦੇ ਆ ਬਾਲਰ ਦਾ ਜਸ ਦੇ 2 ਛੱਕੇ 500 ਦੇ ਸਣੀ ਬਾਈ ਵੱਲੋਂ ਕੀ ਨਾ ਇਹਦਾ ਯਾਰ ਸਿੰਗਲ 100 ਰੁਪਏ ਦਾ हां ये भी जरूरी है ठीक है हां हां ਹੁਣ ਕਹਿੰਦੇ ਲੋਡ ਨਹੀਂ ਸਿੰਗਲਾਂ ਦੀ ਕਿਉਂਕਿ ਹੁਣ ਪਹਿਲਾ ਟਿਕਾਣੇ ਕਿਉਂਕਿ ਸਰਕਲ ਨੰਬਰ ਖਤਮ ਹੋ ਗਿਆ ਸਰਕਲ ਤਾਂ ਕਿਸੇ ਕੀ ਪੈਸੇ 18 ਵਾਲਾ 15 ਰਹਿ ਗਏ ਨਾ ਪਾਵਰ ਪਲੇ ਬੰਦ ਹੋ ਗਿਆ ਹੁਣ ਹਾਂ ਹੁਣ ਤੇ ਕਹਿੰਦੇ ਛੱਕੇ ਹੀ ਮਾਰਨੇ ਕੋਈ ਚੱਕਰ ਨਹੀਂ ਨਾਲ ਸਾਹਮਣੇ ਕਹਿੰਦੇ ਜਸ ਤੇ ਆ ਰਹਾ ਹੈ ਬਾਲ ਦੇਖਾਂਗੇ ਵੀ ਕਿਹੜਾ ਖਿਡਾਰੀ ਪਾਵੇਗਾ ਮਾਜਰੀ ਵਾਲਾ ਮੇਰੇ ਵੀਰੋ ਭਾਈ ਜੀ ਸਮਾਂ ਨਾ ਲਾਈਏ ਮੇਰੀ ਪੇਂਟ ਦੀਆਂ ਖਿਡਾਰੀਆਂ ਨੂੰ खिच के रखिए खिच के काम खिडारी लैन के पोजिशन लो सामने मुंडा कहते जस दूजे पास योनी के चर्चे आओ गोबिंदगढ़ मंडी वाला जे खेड गया 4 ओवर ली की गल पक्के नंबर रन पूरे कर देने 8 छक्के कोई बड़ी गल नहीं चौंटी रवि हार गया सीधे बल्ले सीधे रविंदर करवा दूंगा आओ बल्ले बल्ले करवा मेरे वीरियो गुरकीरत ने बाल पानी है या कोई रवि हार गया ਲਾ ਗੁਰਕੀਰਤ ਕਹਿੰਦੇ ਮਾਜਰੀ ਦੀ ਧਰਤੀ ਦਾ ਮੁੰਡਾ ਬਾਲ ਪਾਉਣ ਦੇ ਲਈ ਤਿਆਰ ਹੈ ਵੀ ਸ਼ੰਭੂ ਅੱਗੇ ਹੋਇਆ ਥੋੜਾ ਜਿਹਾ ਇਹਦੇ ਨਾਲ ਛੱਕਾ ਹੀ ਹੈ ਹਾਂ ਲਾਓ ਲਾਓ ਸਾਹਮਣੇ ਇੱਥੇ ਰੱਖ ਜਸ ਕਹਿੰਦਾ ਵੀ ਸਿੰਗਲ ਵਾ ਕੇ ਯੋਟੀ ਨੂੰ ਕੀ ਕਰਤਾ ਹੈ ਤੇ ਹੁਣ ਲੈ ਵੀ ਉਸਤਾਦ ਆ ਮਾਣ ਕੀਤਾ ਪਿੰਡ ਵਾਲਿਆਂ ਨੇ ਖੜਾਉਣਾ ਤੇ ਜੋਟੀਓ ਖੜਾਉਣਾ ਹੈ ਖੜਾਉਣਾ ਤੇ ਜੋਟੀਓ ਖੜਾਉਣਾ ਹੈ ਖੜਾਉਣਾ ਤੇ ਉਸਤਾਦ ਹੀ ਖੜਾਉਣਾ ਕਿਉਂਕਿ ਪਿਆਰ ਆ ਹੁਣ ਛੱਕੇ ਮਾਰਨੇ ਪੈਣੇ ਆ ਐਂਡ ਮਾਨਤਾਨ ਉਸਤਾਦਾ ਰੱਖਣਾ ਪੈਣਾ ਫੜਨਾ ਤਿਆਰੀ ਐਂਡ ਗੁਰਕੀਰਤ ਨੂੰ ਕਰਦਾ ਸਿੱਧਾ ਜਾ ਐਂਡ ਛੱਕੇ ਲਾ ਦੇ ਕਿਉਂਕਿ ਉਮੀਦ ਆ ਆਸਾਂ ਤੇਰੇ ਤੇ ਵੱਡੀਆਂ ਮੁੰਡਿਆਂ ਨੂੰ ਕਿਉਂਕਿ ਜਸ ਨੇ ਸਿੰਗਲ ਪਾ ਲਿਆ ਅਗਲਾ ਮੈਚ ਸੈਕਟਰ ਦਾ ਉਹ ਤੋਂ ਬਾਅਦ ਆਣਾ ਮੇਰੀ ਟਿਕਾਣੇ ਲੱਗਣੀ ਆ ਲਾ ਲਾ ਗੁਰਕੀਰਤ ਦੀ ਬਾਲ ਤੇ ਚੌਂਟੀ 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 ਬੱਲੇ ਪਰ ਉਸਤਾਦਾ ਕੁਝ ਨਾ ਕੁਝ ਕਰਨਾ ਪੈਣਾ ਬੱਲੇ ਬੱਲੇ ਤੇ ਕਰਾਉਣੀ ਕਰਾਉਣੀ ਪੈਣੀ ਆ ਦੱਸਣਾ ਪੈਣਾ ਵੀ ਚੌਂਟੀ ਹਜੇ ਹੈਗਾ ਦੱਸਣਾ ਪੈਣਾ ਲੋਕਾਂ ਨੂੰ ਇੱਕ ਦਾ ਛੱਕਾ ਧਰ ਗੁਰਕੀਰਤ ਨੇ ਸਵਾਦ ਤੇ ਕਹਿੰਦੇ ਫੇਰ ਆਉਣਾ ਪਰ ਮਾਜਰੀ ਵਾਲਾ ਮੁੰਡਾ ਕਹਿੰਦੇ ਚੜ੍ਹਦੀ ਉਮਰ ਦਾ ਹੈ ਕਹਿੰਦਾ ਚੌਂਟੀ ਨੂੰ ਤੋੜ ਕੇ ਐਕਸ਼ਨ ਕਰਨੇ ਹੈ ਲਾ ਬਾਲ ਕਹਿੰਦੇ ਪੈਣ ਜਾ ਰਹੀ ਹੈ ਮੈਚ ਕਹਿੰਦੇ ਸਿਰੇ ਦਾ ਹੈ ਗਵਿੰਦਗੜੀ ਦੀ ਟਿਕਟ ਦੇ ਦੁਆਲੇ ਕਹਿੰਦੇ ਮੈਚ ਘੁੰਮਦਾ ਹੈ ਲਾ ਗੁਰਕੀਰਤ ਤੇ ਚੌਂਟੀ ਚੌਂਟੀ ਦੇ ਗੁਰਕੀਰਤ ਪੈਂਦੀ ਵਾਰ ਓ ਬੱਲੇ ਆ ਗਿਆ ਤਲਵਿੰਦਰ ਗੁਰਕੀਰਤ ਯੋਟੀ ਨੂੰ ਕਹਿੰਦੇ ਮੌਕਾ ਨਹੀਂ ਦੇ ਰਿਹਾ ਹੱਥ ਖੋਲਣ ਦਾ ਪਰ ਉਧਰ ਦੇਖਾਂਗੇ ਵੀ ਇੱਕ ਤੋਂ ਦੋ ਰਣ ਕਹਿੰਦੇ ਦੌੜ ਕੇ ਪੂਰੇ ਵਾਲੇ ਵੀ ਨੰਬਰਦਾਰਾ ਕਹੇ ਰਹੇ ਜੋਟੀ ਨੂੰ ਛੱਕੇ ਤੋਂ ਬਿਨਾਂ ਹੱਲ ਕੋਈ ਨਹੀਂ ਹੁਣ ਲਓ ਉਸਤਾਦ ਦਾ ਛੱਕਿਆਂ ਤੋਂ ਬਿਨਾਂ ਹੱਲ ਨਹੀਂ ਐਨ ਹੱਲ ਹੁਣ ਕੱਢਣਾ ਪੈਣਾ ਤਿਆਰੀ ਫੜ ਲੈ ਐਨ ਦੁਨੀਆ ਬੜੀ ਉਮੀਦ ਲਈ ਬੈਠੀ ਹੈ ਸੁਣਿਆਣ ਵਾਲੇ ਉਮੀਦਾਂ ਲਈ ਬੈਠੇ ਹੈ ਵੀ ਉਸਤਾਦ ਸੱਤਿਆ ਤੇ ਸੱਤਿਆ ਕਿਸੇ ਗੱਲ ਨੂੰ ਹੀ ਹੈ ਐਨ ਵੀ ਗੱਲਾਂ ਵੀ ਉਹਨਾਂ ਦੀਆਂ ਹੁੰਦੀਆਂ ਇਹਨਾਂ ਤੇ ਕੋਈ ਗੱਲਬਾਤ ਹੁੰਦੀ ਹੈ ਗੱਲਬਾਤ ਦਿਖਾਉਣੀ ਪੈਣੀ ਉਹ ਮੇਰੇ ਵੀਰੋ ਤੇ ਸਾਹਮਣੇ ਦੇਖਾਂਗੇ ਮਾਜਰੀ ਵਾਲੇ ਨੇ ਕਮਾਲ ਦੀਆਂ ਬਾਲਾਂ ਪਾ ਦਿੱਤੀਆਂ ਮੇਰੇ ਵੀਰੋ ਬਾਕੀ ਬੰਨ ਕੇ ਖੜਾ ਲੈ ਕਹਿੰਦੇ ਐਂ ਬੰਨ ਕੇ ਖੜਾ ਲੈ ਵੀ ਜਸ ਸਣੀ ਕਹਿੰਦਾ ਤੁਸੀਂ ਧਰ ਦੇ ਕਦਾ ਇੱਕ ਛੱਕੇ ਦੇ 100 ਹੀ ਦੇ ਦਾਂਗੇ ਤੇ ਦੋ ਤੇ 500 ਦਾ ਇੱਕ ਦੇ ਮਾਰਦੇ 100 ਹੀ ਦੇ ਦਾਂਗੇ ਇੱਕ ਦਾ ਤੇ ਜੜ ਦੇ ਹੁਣ ਤੁਸੀਂ ਫੜ ਲੈ ਤਿਆਰੀ ਲਓ ਗੁਰਕੀਰ ਤੇ ਜਸ ਔਰ ਟੱਕਰ ਕਹਿੰਦੇ ਸਿਰੇ ਦੀ ਆਓ ਪੱਲੇ ਪਰ ਐਨ ਮੁੰਡੇ ਮਾਜਰੀ ਵਾਲੇ ਕਹਿੰਦੇ ਕਮਾਲ ਕਰੀ ਆਉਂਦੇ ਆ ਮੇਰੇ ਵੀਰੇ ਖੇਡ ਦੇ ਮੈਦਾਨ ਅੰਦਰ ਅੱਜ ਤੇ ਪੱਲੇ ਪੱਲੇ ਕਰਵਾ ਰਹੇ ਆ ਬਾਲ ਕਹਿੰਦੇ ਫੇਰ ਸਿੰਗਲ ਲਿਖੇ ਦੇ ਨੰਬਰਦਾਰ ਆ ਓਵਰ ਦੇ ਬਾਂਦੇ ਪੈ ਗਿਆ ਸਿੰਗਲ ਡਬਲ ਦੇ ਗੱਲਾਂ ਹੋਈਆਂ ਲਓ ਆ ਓਵਰ ਦੇ ਵਿੱਚ ਸਿੰਗਲ ਹੀ ਪਿਆ ਉਸਤਾਦ ਜੀ ਫੜ ਲਓ ਤਿਆਰੀ ਐਨ ਦੁਨੀਆ ਕਹਿੰਦੀ ਆ ਵੀ ਰਹਿੰਦੀਆਂ ਦੇ ਵਿੱਚ ਆ ਓਵਰ ਦੀਆਂ ਦੇ ਛੱਕੇ ਬਣ ਜਾਣ ਫਿਰ ਵੀ ਗੱਲ ਟਿਕਾਣੇ ਲੱਗ ਜੇ ਤੇ ਸਾਹਮਣੇ ਦੇਖਾਂਗੇ ਪਾਲ ਪੈ ਗਈ ਹੈ ਤੇ ਮੈਨੂੰ ਲੱਗਦਾ ਸਿੰਗਲ ਹੀ ਹੈ ਇੱਥੇ ਤਾਂ ਸਿੰਗਲ ਹੀ ਹੈ ਓਵਰ ਦੀ ਸਮਾਪਤੀ ਓਵਰ 12 ਵਾਲਾ 46 ਰਹਿ ਗਿਆ ਬਾਈ 21 ਓਵਰ 21 ਹੋ ਗਏ ਉਸਤਾਦ ਜੀ
ਧਿਆਨ ਗੱਲਾਂ ਟਿਕਾਣੇ ਲੱਗੀਆਂ ਪਈਆਂ ਤੇ ਤੀਜਾ ਫਿਰ ਪਾਉਣ ਦੇ ਲਈ ਮਾਜਰੀ ਵਾਲਾ ਮੁੰਡਾ ਤਿਆਰ ਔਰ ਤਿਆਰ ਹੈ ਲੈ ਵੀ ਸਿੱਖਿਆ 21 ਬਣ ਗਏ 21 ਅੱਗੇ ਪਰ ਵੀਰੇ 2 ਓਵਰ ਵਿਦ ਲਾਸ ਆਫ 1 ਵਿਕਟ ਉੱਚੀ ਬੋਲਾ ਥੋੜੇ ਦੋ ਚ ਕਿੰਨੇ ਰਹਿ ਗਏ ਲੈ ਵੀ ਸਿੱਖਿਆ ਵੀਰੇ ਗਦਰ ਨਹੀਂ ਹੁੰਦੀ ਛੱਕੇ ਬਿਲਾਂ ਦੇ ਵੀ ਕੱਟੋ ਕੱਟ ਮਾਰਨੇ ਪੈਣੇ ਆ ਜੀ ਵੀ ਮੈਚ ਨੂੰ ਜਿੱਤਣ ਦੇ ਲਈ ਲਵੀ ਤੂਰੀਆਂ ਦਾ ਸਰਪੰਚ ਹੋਣੀ ਤੇ ਅੱਜ ਮੇਲਾ ਦਾ ਵੀ ਕੁਛ ਹੋਰ ਹੀ ਬਣਾਉਣ ਗਿਆ ਹੈ ਅੱਜ ਕਹਿੰਦੇ ਸਪੈਸ਼ਲ ਆਏ ਹੋਏ ਹੈ ਕੱਲਾ ਟਿਕਾਣੇ ਲੱਗ ਜਾਣੀਆਂ ਮੇਲਾ ਦਾ ਵੀ ਸ਼ਾਮਾਂ ਨੂੰ ਲਓ ਸਾਹਮਣੇ ਦੇਖਾਂਗੇ ਪਾਲਪੌੜ ਦੇ ਲਈ ਵੱਡਾ ਵਾਅਦਾ ਤੇ ਜਾਸਾ ਹੈ ਆਓ ਰਣ ਕਹਿੰਦੇ ਸਿੰਗਲ ਇੱਕੋ ਹੀ ਲਿਆ ਇੱਕੋ ਹੀ ਸ਼ੱਭੂ ਬਾਲਰ ਨੇ ਦੱਸੀ ਨਹੀਂ ਨਹੀਂ ਅੰਬਰ ਨਹੀਂ ਆ ਵੀਰੇ ਲਓ ਗੁਰਵਿੰਦਰ ਹੈ ਕਹਿੰਦੇ ਮਾਜਰੀ ਵਾਲਾ ਮੇਰੇ ਵੀਰੇ ਬਾਲਪੌੜ ਦੇ ਲਈ ਵਾਅਦਾ ਦੇ ਸਾਹਮਣੇ ਚੌਂਟੀ 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 ਦੇ ਰਾਣਾ ਚਾਰ ਦੇ ਵਾਅਦੇ ਨੇ ਕਰ ਦਿੱਤੇ ਮੇਰੇ ਵੀਰੇ ਲੈ ਵੀ ਉਸਤਾਦ ਆ ਇਨਿੰਗ ਦੇ ਵਿੱਚ ਛੱਕਾ ਨਹੀਂ ਵੱਜਿਆ ਹੁਣ ਤੱਕ ਤੇਰੇ ਦੀਆਂ 10 ਵਾਲਾਂ ਦੇ ਵਿੱਚ 6 ਛੱਕੇ ਘੱਟੋ ਘੱਟ ਚਾਹੀਦੇ ਆ ਘੱਟੋ ਘੱਟ ਫਿਰ ਵੀ ਰਣ ਬਚ ਜਾਣਗੇ 6 ਛੱਕੇ ਤੋਂ ਥੱਲੇ ਕੋਈ ਹੱਲ ਨਹੀਂ ਇਹਦੇ ਮਾਰਨੇ ਪੈਣੇ ਆ 10 ਵਾਲਾਂ ਦੇ ਵਿੱਚ ਨੰਬਰਦਾਰ ਆ ਉਹਨੂੰ ਕਹਿੰਦੇ ਵੀ ਹੁਣ ਤੇ ਖਿੱਚਦੇ ਤਿਆਰੀ ਉਹ ਹੁਣ ਤਾਂ ਹੱਲ ਕੱਢਣਾ ਪੈਣਾ ਹੁਣ ਤਾਂ ਛੱਕੇ ਮਾਰਨੇ ਪੈਣੇ ਆ ਸਮੇਂ ਦੀ ਮੰਗ ਹੋ ਗਈ ਹੈ ਲੋ ਉਸਤਾਦ ਕਹਿੰਦਾ ਖੜ ਜਾ ਹੁਣ ਤਾਂ ਜੱਸ ਹੁਣ ਸਿੰਗਲਾਂ ਡਬਲਾਂ ਨਾਲ ਕੁਝ ਨਹੀਂ ਬਣਨਾ ਹੁਣ ਤਾਂ ਛੱਕਿਆਂ ਦੀ ਗੱਲਬਾਤ ਆ ਕੇ ਖੜ ਗਈ ਹੈ ਛੱਕਿਆਂ ਦੇ ਗੱਲ ਆ ਕੇ ਮੁੱਕ ਗਈ ਹੈ ਤੇ ਸਾਹਮਣੇ ਉਸਤਾਦ ਫੇਰ ਤਿਆਰ ਹੈ ਉਧਰ ਗੁਰਵਿੰਦਰ ਮਾਜਰੀ ਵਾਲਾ ਬਾਲਾ ਪਾ ਰਿਹਾ ਮੇਰੇ ਵੀਰੋ ਤੇ ਸਾਹਮਣੇ ਦੇਖਾਂਗੇ ਉਸਤਾਦ 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 ਮੈਨੂੰ ਲੱਗਦਾ ਲਵੀ ਧੂਰੀਆਂ ਰਿਹਾ ਤੇਰੇ ਬੋਲ ਲਗਾ ਤੇ ਪਹਿਲਾ ਛੱਕਾ ਭੱਜ ਗਿਆ ਤੇ ਛੱਕੇ 5 ਰਹਿ ਗਏ ਹੁਣ 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 ਖੋਲਿਆ ਜੌਂਟੀ ਤੇ ਗੱਲ ਲੱਗੂਗੀ ਟਿਕਾਣੇ ਮੇਰੇ ਵੀਰੇ ਸਿੱਧਾ ਛੱਕਾ ਕਹਿੰਦੇ ਦਾ ਬੈਸਟ ਸ਼ਾਟ ਹੈ ਜੇ ਜਸ 2 ਛੱਕੇ ਮਾਰਦਾ ਤੇ ਕਹਿੰਦੇ 1000 ਦਿੱਤਾ ਜਾਣਾ ਹੈ ਇਹ ਵੀ ਗੱਲ ਕਹਿੰਦੇ ਟਿਕਾਣੇ ਹੈ 1000 ਦੇ ਚਰਚੇ ਹੋਣਗੇ ਲੈ ਵੀ ਨੰਬਰਦਾਰ ਆ ਭਰਾ ਕਹਿੰਦੇ ਮਾਣ ਕਰਦੇ ਹੈ ਲਓ ਪਾਲ ਗੁਰਵਿੰਦਰ ਦੀ ਤੇ ਸਾਹਮਣੇ ਚੌਂਟੀ ਚੌਂਟੀ ਇੱਕ ਹੋਰ ਬੱਲੇ 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 ਆਓ ਸਵਾਰ ਕ੍ਰਿਕਟ ਦਾ ਮੇਰੇ ਵੀਰੇ ਆ ਗੱਲਾਂ ਟਿਕਾਣੇ ਲੱਗੀਆਂ ਹੈ ਗੱਲਾਂ ਟਿਕਾਣੇ ਲੱਗੀਆਂ ਲਵੀ ਐਂਡ ਧੂਰੀ ਵਾਲਿਆ ਜੇ ਕਿਤੇ ਚੌਂਟੀ ਆ ਬਾਲ ਤੇ ਛੱਕਾ ਮਾਰਦੇ ਆਪਾਂ ਨੂੰ ਕਹਿਣ ਦੀ ਲੋੜ ਨਹੀਂ ਵੀ ਤਾੜੀਆਂ ਹੈ ਵੱਜਣੀਆਂ ਹੈ ਪਤਾ ਲੱਗ ਜਾਣਾ ਵੀ ਕੁਝ ਹੋਇਆ ਗਰਾਊਂਡ ਦੇ ਵਿੱਚ ਜੇ ਆਹ ਬਾਲ ਤੇ ਛੱਕਾ ਨੰਬਰਦਾਰ ਆ ਘੇਰੇ ਵੀ ਵੱਜੇ ਲਓ ਆਹ ਬਾਲ ਤੇ ਛੱਕਾ ਪਰ ਕਮਾਲ ਦੀ ਪਾ ਗਿਆ ਕਮਾਲ ਦੀ ਪਾ ਗਿਆ ਐਂ ਦੇਖਾਂਗੇ ਰਣ ਜਿਹੜਾ ਸਿੰਗਲ ਆ ਗਿਆ ਤੇ ਓਵਰ ਦੀ ਮੈਨੂੰ ਲੱਗਦਾ ਸਮਾਪਤੀ ਹੋ ਗਈ ਹੈ ਮਾਨ ਸੇਖਾ ਜੀ ਦੱਸਣਗੇ ਵੀ ਕਿੰਨੇ ਰਨ ਜਿਹੜੇ ਬਣ ਗਏ ਤੇ ਹਿਸਾਬ ਕਿਤਾਬ ਕਿੱਥੇ ਕੁ ਪਹੁੰਚਿਆ ਹੁਣ 40 ਹੋ ਗਏ ਤੇ 27 ਰਹਿ ਗਏ 4 ਛੱਕੇ ਇੱਕ ਡਬਲ ਤੇ ਕਹਿੰਦੇ ਵੀ ਮੈਚ ਬਰਾਬਰੀ ਤੇ ਆ ਜਾਣਾ ਹੈ 4 ਛੱਕੇ ਚੌਂਟੀ ਕਹਿੰਦੇ ਸਾਹਮਣਾ ਕਰਨ ਲਈ ਤਿਆਰ ਹੈ ਆਓ ਕਹਿੰਦੇ ਵੀ ਮੁੰਡੇ ਸਮਝਾਉਂਦੇ ਗੱਲ ਤੇ ਪਤਾ ਮਾਜਰੀ ਟੀਮ ਨੂੰ ਵੀ ਅਜੇ ਹੱਲ ਹੋਇਆ ਨੀ ਮੈਚ ਅਜੇ ਸੰਕਟ ਤੇ ਹੈ ਇਹਦੇ ਹਿਸਾਬ ਨਾਲ ਇਕੱਠੇ ਰਹਿ ਰਹੇ ਮੇਲਾ ਵੀ ਬਾਲਰ ਨੂੰ ਬਦਲਾ ਦੇਣਗੇ ਐਣ ਕਹਿੰਦੇ ਨਾ ਕੀ ਹੈ ਦੱਸੋ ਜੀ ਮੁੰਡੇ ਦਾ ਬਾਲਰ ਨੇ ਦੱਸਿਓ ਜੀ ਮਨੀਸ਼ ਲੈ ਵੀ ਧੂਰੀ ਵਾਲੇ ਮੰਗਾਉਂ ਰਿਹਾ ਕੋਈ ਗੱਲ ਨੀ ਮਨੀਸ਼ ਆ ਗਏ ਕਹਿੰਦੇ ਬਾਲ ਪਾਉਣ ਦੇ ਲਈ ਤੇ ਚੌਂਟੀ ਨੇ ਕਹਿੰਦੇ ਸਾਹਮਣਾ ਕਰਨਾ ਹੈ ਕਰ ਦੋ ਬਾਈ ਸ਼ੇਅਰ ਕਰ ਦੋ ਸਾਰੇ ਜਾਣੇ ਬਾਈ ਤੈਨੂੰ ਹਿੰਮਤ ਕਰਨੀ ਪੈਣੀ ਹੈ ਓਵਰ 27 ਰਹਿ ਗਏ ਕਮੈਂਟ ਕਰਕੇ ਦੱਸੋ ਵੀ ਕੀ ਲੱਗਦਾ ਬਣ ਕੇ ਸਕੋਰ ਜਾਂ ਨਹੀਂ ਮਨੀਸ਼ ਦੀ ਬਾਲ ਜਿਹੜੀ ਪੈਣ ਜਾ ਰਹੀ ਹੈ ਸਟ੍ਰਾਈਕ ਤੇ ਲੈ ਵੀ ਜਾਂ ਤੱਕ ਚੌਂਟੀ ਖੜਾ ਨਾ ਨੰਬਰਦਾਰ ਮੈਚ ਮੁੱਕਿਆ ਨਹੀਂ ਐਂ ਦੇਖਾਂਗੇ ਵੀ ਗੱਲ ਔਰ ਟਿਕਾਣੇ ਕਹਿੰਦੇ ਲੱਗ ਸਕਦੀ ਹੈ ਇੱਕ ਗੱਲ ਵੀ ਪਹਿਲੀ ਬਾਲ ਤੇ ਜੇ ਛੱਕਾ ਪਾ ਜਿਆ ਰਨ ਬਣ ਜਾਣਗੇ
ਇਹ ਗੱਲ ਪੱਕੀ ਵੀ ਜੇ ਪਹਿਲੀ ਦੇ ਛੱਕਾ ਵੱਜ ਗਿਆ ਨਾ ਤੇ ਐਣ ਕਹਿੰਦੇ ਰਣ ਚੇਂਜ ਹੋ ਜਾਣੇ ਐ ਲਓ ਆਹ ਬਾਲ ਤੇ ਕਹਿੰਦੇ ਚਰਚੇ ਹੋਣਗੇ ਸਟ੍ਰਾਈਕ ਦੇ ਉੱਤੇ ਜਵਿੰਦਰ ਗੜੀਆ ਚੌਂਟੀ ਕਹਿੰਦੇ ਤਿਆਰ ਲੈ ਵੀ ਮਨੀਸ਼ ਪਾਗਾ ਬਾਲ ਐ ਵੀ ਲੰਬੜਦਾਰ ਕਹਿੰਦੇ ਚੌਂਟੀ ਨੂੰ ਲਓ ਸਾਬੜ ਪਹਿਲਾ ਛੱਕਾ ਉਸਤਾਦਾ ਤੇਰੇ ਕਹੇ ਬੋਲ ਬਗਾਤੇ ਲੈ ਲੈ ਧੂਰੀ ਵਾਲਾ ਕਹਿਣ ਦੀ ਲੋੜ ਨਹੀਂ ਪਈ ਵੀ ਤਾੜੀਆਂ ਲੋਕਾਂ ਨੇ ਹੁਣ ਮਾਰੀਆਂ ਵੀ ਉਸਤਾਦ ਕਹਿੰਦੇ ਫੌਮ ਚ ਆ ਗਿਆ ਉਹਨੇ ਤੀਜਾ ਛੱਕਾ ਜੜਤਾ ਹੈ ਤੇ ਹੁਣ 21 ਰਹਿ ਗਏ ਚਿੱਤਨ ਦੇ ਲਈ 21 ਰਹਿ ਗਏ ਤਿੰਨ ਛੱਕਿਆਂ ਦੀ ਗੱਲ ਆ ਮੈਂ ਪਹਿਲਾਂ ਕਿਹਾ ਵੀ ਜਿਹੜੇ ਸਾਰਿਆਂ ਨੂੰ ਸਮਝਾਈ ਜਾਂਦੇ ਉਹਨੇ ਬੋਂਦਲ ਜਾਣਾ ਹੈ ਮਨੀਸ਼ ਹੈ ਲਾ ਪਾਲ ਪੈ ਗਈ ਤੇ ਚੌਂਟੀ ਚੌਂਟੀ टिकाने गुडला जी बाल मारिया ना हाथ खोलन का कोई मौका नहीं मिलिया ना सामने मनीष है गोविंद गड़िया दो छक्के बज गए एक चौके नाल भी काम टिकाने लग जाने फड़दा तैयारी एन किवे चलदा ना काम दर्शक कहंदे आ भी एवी चली जावे फिर बन जाने ते सामने मनीष होए आउट पाउनी पैनी उधर उधर सरांदा भोलू कहंदा भी 1100 दे लगे चौंटी मैच दाउंदा चौंटी जे मैच दाउंदा 1100 उधर कैच कहंदे फड़िया गया मेरे वीरिया ਜੋਤੀ ਕਹਿੰਦੇ ਆਟੋ ਕੇ ਵਾਪਸ ਆਏ ਆਹ ਕਿਸਮਤ ਹੈ ਜੇ ਮਾੜੀ ਮੋਟੀ ਉਨੀ ਕਿਧਰ ਉਧਰ ਹੁੰਦੀ ਪੱਤਿਆਂ 'ਚ ਵੱਜ ਜਾਂਦੀ ਇਹ ਵੀ ਗੱਲ ਹੈ ਵੀ ਨੰਬਰਦਾਰ ਆ ਪਰ ਹੁਣ 2 ਬਾਲਾਂ 15 ਰਹਿ ਗਏ ਉਧਰ ਬੈਟਿੰਗ ਦੇ ਉੱਤੇ ਗੋਲੂ ਆ ਗਿਆ ਮੇਰੇ ਵੀਰੋ ਲੈ ਵੀ ਗੋਲੂ ਕਹਿੰਦੇ ਜੇ ਭੱਜ ਕੇ 3 ਰਨ ਲਾਉਂਦਾ ਤੇ 500 ਦਿੱਤਾ ਜਾਣਾ ਮੇਰੇ ਵੀਰੋ ਸਣੀ ਵੱਲੋਂ ਜੇ ਭੱਜ ਕੇ 3 ਰਨ ਲਾਉਂਦਾ ਸਣੀ ਬਈ ਕਹਿੰਦਾ ਵੀ 500 ਦੇ ਦਾਂਗੇ ਕਿਉਂਕਿ ਇਹ ਇੱਕ ਲੈ ਕੇ ਪਤੰਦਰ ਦੂਜਾ ਨਹੀਂ ਲੈਂਦਾ ਐਣ ਦੇਖਾਂਗੇ ਵੀ ਹੁਣ ਗੋਲੂ ਤੇ ਚਰਚੇ ਹੋਣਗੇ ਮਨੀਸ਼ ਦੀ ਕਿਵੇਂ ਬਾਲ ਪੈਣ ਜਾ ਰਹੀ ਹੈ ਆਓ ਬੱਲੇ ਬੱਲੇ 500 ਕਿਸੇ ਗੱਲ ਕਰ ਕੇ ਲਾਇਆ ਗੋਲੂ ਹੁਣ ਵੀਰੇ 500 ਤੇ ਤੋਂ ਲੈਣਾ ਐਣ ਦੇ ਕੇ ਜਾਈ ਹੁਣ ਐਣ ਗੱਲਾਂ ਟਿਕਾਣਿਆ ਤੇ ਲਾਸਟ ਬਾਲ ਆ ਜੀ ਐਣ ਚੱਲਦੇ ਮੈਚ ਦੀ धोनी वांग नवाद आया आओ जी जल्दी ना अगलिया टीम जल्दी से ना